दोस्तों एक बार फिर तो हाजिर हो आया तुहाडे नाल एक नवी वीडियो लैके साडा पंजाबी विरसा चैनल तो। हॉके विच विलेटी है एक सुरजीत बिंद रखिया जी। ये किस्सा मैं सुरां दे सुल्तान किताब विचों सुरजीत मान जी दी जो लिखी हुई है ओदे विचों पढ़ के सुनावांगा। हॉके विच विलेटी है एक सुरजीत बिंद रखिया जी। हॉके विच विलेटी है एक 17 नवंबर 2003 इंज लग रहा सी जिवें सारियां सड़कां ਅਤੇ ਪਹੇ ਰੋਪੜ ਦੇ ਇੱਕ ਛੋਟੇ ਜਿਹੇ ਪਿੰਡ ਬਿੰਦਰਖ ਨੂੰ ਜਾ ਰਹੇ ਸਨ। ਉਹਨਾਂ ਦੇ ਚਿਹਰੇ ਉਤਰੇ ਹੋਏ ਸਨ, ਅੱਖਾਂ 'ਚ ਅਣਵਿਆਹੇ ਅਤੇ ਛਲਕਦੇ ਅਥਰੂ। ਇਹ ਉਸਦੀ ਮਕਾਨ ਚੱਲੇ ਸਨ ਜਿਸ ਦੇ ਅਖਾੜੇ ਸੁਣਨ ਲਈ ਇਹ ਪੈਰ ਜੁੱਤੀ ਨਹੀਂ ਸੀ ਪਾਉਂਦੇ। ਵਕਤ ਦਾ ਸਿਤਮ ਅੱਜ ਉਸਦੇ ਸਤਰ 'ਤੇ ਰੋਣ ਚੱਲੇ ਸਨ, ਕਿਉਂਕਿ ਉਹਨਾਂ ਦਾ ਹਰਮਨ ਪਿਆਰਾ ਗਾਇਕ ਕਿਸੇ ਦੇ ਸਿਰ ਦਾ ਸਾਈਂ, ਕਿਸੇ ਦੀ ਅੱਖ ਦਾ ਨੂਰ, ਕਿਸੇ ਦਾ ਆਖਿਆ ਕਦੀ ਨਾ ਮੋੜਨ ਵਾਲਾ ਬਾਬਲ ਅਤੇ ਸੁੱਚੇ ਪਹਿਲਵਾਨ ਦਾ ਕੱਲ ਮਕੱਲਾ ਪੁੱਤ ਅਤੇ ਪੰਜਾਬੀ ਲੋਕ ਗਾਇਕੀ ਦੀ ਸਭ ਤੋਂ ਲੰਬੀ ਹੇਕ ਵਾਲਾ ਵਕਤ ਦੀ ਭੇਟ ਚੜ੍ਹ ਗਿਆ ਸੀ। ਲੰਬੀ ਹੇਕ ਹੂਕ 'ਚ ਬਦਲ ਗਈ ਸੀ। ਕਿਸੇ ਲਈ ਉਹ ਸੁਰਜੀਤ ਸੀ, ਕਿਸੇ ਲਈ ਸੁਰਜੀਤ ਪੋਰ, ਪਰ ਪੰਜਾਬੀ ਗਾਇਕੀ ਲਈ ਸੁਰਜੀਤ ਬਿੰਦ ਰੱਖਿਆ। ਉਹ ਕਈ ਮਹੀਨੇ ਮੌਤ ਨਾਲ ਘੁਲਣ ਬਾਅਦ ਸਦਾ ਲਈ ਅੱਖਾਂ ਮੀਚ ਗਿਆ ਸੀ। ਉਸਦੇ ਜੋਬਨ ਉੱਤੇ ਤੁਰ ਜਾਣ ਬਾਰੇ ਜਿੰਨੇ ਮੂੰਹ ਉਨੀਆਂ ਗੱਲਾਂ, ਪਰ ਅਸਲੀਅਤ ਤਾਂ ਇੱਕੋ ਹੈ। ਲੇਖ ਲਿਖੇ ਨਾਹੇ ਸਖੀ ਮਥੇ ਸੋ ਲਿਖਿਆਸ ਅਨੁਸਾਰ ਅੰਨ ਜਲ ਮੁੱਕ ਗਿਆ ਸੀ। ਬਾਕੀ ਸਭ ਨਿਰਾਰਥਕ ਸ਼ਬਦ ਸੁੱਖਾਂ ਵਾਲਿਆਂ ਨੇ ਦੁੱਖਾਂ ਵਾਲਿਆਂ ਨੂੰ ਪਰਚਾਉਣ ਲਈ ਘੜੇ ਹੋਏ। ਸਥਰ ਤੇ ਸ਼ਰਧਾਂਜਲੀਆਂ ਚੱਲ ਰਹੀਆਂ ਸਨ। ਮੌਤ ਦਾ ਰਾਜਨੀਤੀਕਰਨ, ਕੋਈ ਉਸਦੀ ਹੇਕ ਨਰਿੰਦਰ ਬੀਬਾ ਦੀ ਹੇਕ ਨਾਲ ਮਿਲਾ ਰਿਹਾ ਸੀ, ਕੋਈ ਉਸ ਬਗੈਰ ਪੰਜਾਬੀ ਗਾਇਕੀ ਨੂੰ ਯਤੀਮ ਕਰ ਰਿਹਾ ਸੀ, ਕੋਈ ਪਿੰਡ ਦਾ ਉਸਦੇ ਨਾਂ ਪਿੱਛੇ ਨਾਮ ਕਰਨ ਲਈ ਮਸ਼ਵਰਾ ਦੇ ਰਿਹਾ ਸੀ। ਪਰ ਕਿਸੇ ਪਿੱਛੋਂ ਇੱਕ ਕੰਧਾਂ ਨੂੰ ਚੀਰਦੀ ਹੋਈ ਕਿਰਨੇ ਦੇ ਰੁਦਨ ਦੀ ਆਵਾਜ਼ ਆ ਰਹੀ ਸੀ, ਕਿਉਂਕਿ ਉਹਨਾਂ ਲਈ ਉਹ ਹੇਕ ਨਹੀਂ ਹੌਕਾ ਸੀ। ਹੌਲੀ ਹੌਲੀ ਸਭ ਆਪੋ ਆਪਣੇ ਰਾਹੀਂ ਮੁੜ ਜਾਂਦੇ ਹਨ, ਆਪੋ ਆਪਣੇ ਕੰਮੀ ਜੁੱਟ ਜਾਂਦੇ ਹਨ, ਸਥਰਾਂ ਤੋਂ ਉੱਤਰ ਸਾਈਆਂ ਫੜਨ ਲੱਗ ਜਾਂਦੇ ਹਨ। ਰਹਿ ਜਾਂਦੇ ਨੇ ਉਹ ਅਭਾਗੇ ਬਿਰਧ ਮਾਪੇ ਜੋ ਮੰਜੀ ਮਲ ਲੈਂਦੇ ਹਨ ਅਤੇ ਹੱਡੀਆਂ ਦੀ ਮੁੱਠ ਬਣ ਕੇ ਕਈ ਵਾਰ ਮੰਜੀ ਨਾਲ ਹੀ ਉੱਠਦੇ ਹਨ। ਮੰਨਿਆ ਹਰੇਕ ਨੇ ਆਪੋ ਆਪਣੀ ਵਾਰੀ ਅਨੁਸਾਰ ਜਾਣਾ ਹੈ, ਪਰ ਜਦੋਂ ਕੋਈ ਵਾਰਿਓਂ ਬਹੁਤ ਪਹਿਲਾਂ ਕਲਾਕਾਰ ਗੁਰੂ ਦੱਤ 39 ਸਾਲਾਂ ਦਾ ਇਸ ਜੱਗ ਨੂੰ ਅਲਵਿਦਾ ਕਹਿ ਗਿਆ ਸੀ। ਸ਼ਾਇਰ ਕੈਫੀ ਆਜ਼ਮੀ ਨੇ ਖੂਨ 'ਚ ਕਲਮ ਡੋਬ ਕੇ ਲਿਖਿਆ ਸੀ, ਰਹਿਣੇ ਕੋ ਇਸ ਜਹਾਂ ਮੇਂ ਆਤਾ ਨਹੀਂ ਕੋਈ, ਜੈਸੇ ਗਏ ਹੋ ਤੁਮ ਐਸੇ ਤੋਂ ਜਾਤਾ ਨਹੀਂ ਹੈ ਕੋਈ। ਕੁਝ ਐਸਾ ਹੀ ਮਜ਼ਾਰ ਵਰਗਾ ਮੰਜ਼ਰ ਸੀ ਸੁਰਜੀਤ ਬਿੰਦ ਰੱਖੀਏ ਦੇ ਗਰੀਬੀ ਦਾਅਵੇ ਵਾਲਾ ਘਰ ਦਾ। ਉਸਦੇ ਜਾਣ ਬਾਅਦ ਗੁਰਦਾਸ ਮਾਨ, ਹਰਭਜਨ ਮਾਨ, ਪੰਮੀ ਬਾਈ, ਹਰਨੇਕ ਘੜੂਆਂ ਵਰਗੇ ਹਮਦਰਦ ਦੁੱਖ ਵੰਡਾ ਕੇ ਜਾ ਚੁੱਕੇ ਸਨ। ਬਾਂਹ ਦੀਆਂ ਮੰਜੀਆਂ 'ਚ ਪਏ ਬਿਰਧ ਮਾਪੇ ਕਦੇ ਰੱਬ ਵੱਲ ਵੇਖ ਰਹੇ ਸਨ, ਕਦੇ ਹੱਥਾਂ ਦੀਆਂ ਲਕੀਰਾਂ ਵੱਲ। ਸੁਰਜੀਤ ਬਿੰਦ ਰੱਖੀਆ ਇੱਕ ਸਧਾਰਨ ਜ਼ਿਮੀਦਾਰਾਂ ਦਾ ਸਾਦਾ ਜਜ਼ਬਾਤੀ ਮੁੰਡਾ ਸੀ, ਜਿਸ ਨੂੰ ਰੱਬ ਨੇ ਦਰਸ਼ਨੀ ਦੇ ਦਿੱਤੀ ਸੀ। ਪਿਤਾ ਵਾਂਗ ਉਹ ਵੀ ਪਹਿਲਵਾਨੀ ਕਰਨ ਲਈ ਖਾੜਿਆਂ 'ਚ ਪੈਰ ਧਰਨ ਲੱਗਾ, ਪਰ ਕੀ ਪਤਾ ਸੀ ਕਿ ਉਹ ਖਾੜਿਆਂ 'ਚ ਘੁਲਣ ਲਈ ਨਹੀਂ ਗਾਉਣ ਲਈ ਬਣਿਆ ਸੀ। ਅਨੰਦਪੁਰ ਸਾਹਿਬ ਅਤੇ ਇੱਕ ਦੋ ਹੋਰ ਕਾਲਜਾਂ 'ਚ ਉਸਦੀ ਉੱਚੀ ਹੇਕ ਦੇ ਚਰਚੇ ਸ਼ੁਰੂ ਹੋ ਗਏ, ਪਰ ਜ਼ਿਮੀਦਾਰਾਂ ਦਾ ਇਹ ਸੁਭਾਅ ਨਹੀਂ ਕਿ ਉਹ ਜ਼ਿੰਦਗੀ ਨੂੰ ਟਾਈਮ ਟੇਬਲ ਬਣਾ ਕੇ ਜਿਉਣ। ਜੋ ਲਿਖਿਆ ਹੈ ਮਿਲ ਜਾਣਾ ਹੈ ਅਤੇ ਜੋ ਨਹੀਂ ਲਿਖਿਆ ਉਹ ਨਹੀਂ ਮਿਲਣਾ। ਉਹਨਾਂ ਦਾ ਜ਼ਿੰਦਗੀ ਪ੍ਰਤੀ ਉਹੀ ਦ੍ਰਿਸ਼ਟੀਕੋਣ ਹੈ ਜੋ ਖੇਤੀਬਾੜੀ ਪ੍ਰਤੀ। ਜਿਵੇਂ ਖਾਨਾ ਬਦੋਸ਼ ਦਰ ਦਰ ਭਟਕਦੀ ਰੇਸ਼ਮਾ ਨੂੰ ਪਾਕਿਸਤਾਨ ਰੇਡੀਓ ਦਾ ਨਿਰਦੇਸ਼ਕ ਡਾਕਟਰ ਸਲੀਮ ਗਲਿਆਨੀ ਆਪਣੀ ਉਂਗਲ ਲਾ ਕੇ ਲੈ ਗਿਆ ਅਤੇ ਬਰੇ ਸੰਗੀਤ ਦੀ ਮਾਰੂਫ ਗਾਇਕਾ ਬਣਾ ਕੇ ਦਮ ਲਿਆ। ਸੁਰਜੀਤ ਬਿੰਦ ਰੱਖੀਏ ਦੀ ਜ਼ਿੰਦਗੀ ਵਿੱਚ ਇਹ ਰੋਲ ਪੰਮੀ ਬਾਈ ਨੂੰ ਨਿਭਾਉਣਾ ਨਸੀਬ ਹੋਇਆ। ਉਨੀ ਦਿਨੀ ਭੰਗੜਾ ਪੰਮੀ ਬਾਈ ਅਤੇ ਪੰਮੀ ਬਾਈ ਭੰਗੜਾ। 1988 ਦੀਆਂ ਏਸ਼ੀਆਈ ਖੇਡਾਂ ਲਈ ਬਣੇ ਸੱਭਿਆਚਾਰਕ ਪ੍ਰੋਗਰਾਮ ਦਾ ਉਹ ਰੂਹੇ ਰਵਾਂ ਸੀ। ਉਹ ਸੁੱਚੇ ਪਹਿਲਵਾਨ ਕੋਲ ਗਿਆ ਅਤੇ ਝੋਲੀ ਅੱਡ ਉਸਦੇ ਹੋਣਹਾਰ ਪੁੱਤਰ ਨੂੰ ਉਸ ਤੋਂ ਮੰਗ ਲਿਆਇਆ
ਭੰਗੜੇ ਦੀ ਪ੍ਰਿਸ਼ਠ ਭੂਮੀ ਤੇ ਗਾਉਣ ਲਈ ਜੋ ਅਕਸਰ ਬੋਲੀਆਂ ਪਾਉਂਦਾ ਹੁੰਦਾ ਸੀ। ਜਦੋਂ ਬਿੰਦਰਕੀਏ ਦੀ ਹੇਕ ਗਰਾਊਂਡ ਵਿੱਚ ਗੂੰਜੀ, ਕੁਝ ਪਾਕਿਸਤਾਨੀ ਹਾਕੀ ਖਿਡਾਰੀ ਜੋ ਪਹਿਲਾਂ ਹੀ ਭਾਰਤ ਨੂੰ 7-1 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਣ ਦੀ ਖੁਸ਼ੀ ਮਨਾ ਰਹੇ ਸਨ, ਪੰਮੀ ਬਾਈ ਨੂੰ ਦਾਤ ਦੇਣ ਆਏ ਉਸਦੀ ਖੋਜ ਲਈ ਸੰਮੀ ਉਲਾਹ ਅਤੇ ਅਖਤਰ ਰਸੂਲ ਨੇ ਬਿੰਦਰਕੀਏ ਨੂੰ ਉਚੇਚੀ ਥਾਪਣਾ ਵੀ ਦਿੱਤੀ ਅਤੇ ਉਹ ਹੱਥ ਨਾਲ ਨਹੀਂ ਜੇਤੂ ਹਾਕੀ ਨਾਲ। ਉਸ ਦਿਨ ਤੋਂ ਬਾਅਦ ਸੁਰਜੀਤ ਬਿੰਦਰਕੀਏ ਦੀ ਗਾਇਕੀ ਅੰਤਰ ਯੂਨੀਵਰਸਿਟੀਆਂ ਦੀਆਂ ਸੱਭਿਆਚਾਰਕ ਮੇਲਾ ਅਤੇ ਹਮੇਸ਼ਾ ਸਿਖਰ ਸਥਾਨ ਹਾਸਲ ਕਰਦੀ ਰਹੀ। ਜਦੋਂ ਉਹ ਸੱਜਾ ਹੱਥ ਕੱਢ ਖੱਬੇ ਨੂੰ ਕੰਨ ਦੇ ਰੱਖ ਮਿਰਜ਼ਾ ਗਾਉਂਦਾ, ਪੰਜਾਬੀ ਲੋਕ ਗਾਇਕੀ ਖੁਦ ਉਸਨੂੰ ਗਲੇ ਲਗਾਉਂਦੀ ਲੱਗਦੀ। ਉਸਦੀ ਗਰਜਵੀਂ ਅਤੇ ਗੁੜਕਵੀਂ ਆਵਾਜ਼ ਮਿਰਜ਼ੇ ਅਤੇ ਦੁੱਲੇ ਦੀ ਗਾਇਕੀ ਲਈ ਅਤਿ ਢੁਕਵੀਂ ਸੀ। ਅਜਿਹੀਆਂ ਆਵਾਜ਼ਾਂ ਪਹਿਲਾਂ ਰਣਜੀਤ ਸਿੰਘ ਸਿੱਧਵਾਂ ਅਤੇ ਅਮਰ ਸਿੰਘ ਸ਼ੌਂਕੀ ਦੀਆਂ ਸੁਣੀਆਂ ਸਨ। ਬਿੰਦਰਕੀਆ ਵੀ ਉਸੇ ਕਬੀਲੇ ਨਾਲ ਸੰਬੰਧ ਰੱਖਦਾ ਸੀ। ਇਹ ਵੀ ਕੁਦਰਤੀ ਸੱਚ ਹੈ ਕਿ ਹਰੇਕ ਨੌਜਵਾਨ ਆਸ਼ਕ ਹੁੰਦਾ ਹੈ ਅਤੇ ਹਰੇਕ ਆਸ਼ਕ ਕਵੀ। ਕੁਝ ਅਜਿਹਾ ਹੀ ਕਵੀ ਸੀ ਸੁਰਜੀਤ ਬਿੰਦਰਕੀਆ ਵੀ। ਕੁਝ 17 ਅੱਧੀ ਰਾਤ ਦਹਿਲੀਜ਼ ਉੱਤੇ ਇੱਕ ਸੁਪਨਾ ਆਣ ਖਲੋ ਜਾਂਦਾ, ਆ ਬਹਿੰਦੀ ਜਦ ਪ੍ਰੀਤ ਸਰਾਣੇ, ਫਿਰ ਸੋਣਾ ਮੁਸ਼ਕਲ ਹੋ ਜਾਂਦਾ, ਪਿਆਰ ਤੇਰੇ ਦਾ ਦਰਦ ਨੀ ਅੜੀਏ, ਮੇਰੀ ਨਾੜੀ ਨਾੜੀ ਢੋ ਜਾਂਦਾ, ਸਹੁੰ ਰੱਬ ਦੀ ਮੈਂ ਪਿਆਰ ਨਹੀਂ ਕੀਤਾ, ਸਹੁੰ ਰੱਬ ਦੀ ਮੈਂ ਪਿਆਰ ਨਹੀਂ ਕੀਤਾ, ਇਹ ਪਿਆਰ ਤਾਂ ਆਪੇ ਹੋ ਜਾਂਦਾ, ਇਹ ਪਿਆਰ ਤਾਂ ਆਪੇ ਹੋ ਜਾਂਦਾ। ਦੋਸਤਾਂ ਮਿੱਤਰਾਂ ਦਾ ਕਹਿਣਾ ਤੇ ਕੁਝ ਆਪਣੀ ਬੁਲੰਦ ਆਵਾਜ਼ ਦਾ ਮਾਣ ਵੀ ਸੀ। ਕਲਚਰ ਵੱਲ ਮੂੰਹ ਕੀਤਾ। ਉਸਦੀ ਕੈਸੇਟ ਜੋ ਕਾਫੀ ਮਸ਼ਹੂਰ ਹੋਈ ਅਤੇ ਧਿਆਨ ਨਾਲ ਸੁਣੀ ਗਈ, ਉਹ ਸੀ ਅੱਡੀ ਉੱਤੇ ਘੁੰਮ। ਇਸ ਕੈਸੇਟ ਤੇ ਕੁਝ ਉੱਚੇ ਸਵਰ ਦੇ ਦਾਅਵੇ ਕੀਤੇ ਜਾਂਦੇ ਹਨ, ਜਿਵੇਂ 5 ਤਰਜਾਂ ਚ ਜੁਗਣੀ 28 ਸੈਕਿੰਡ ਦੀ ਹੇਕ, ਵਿਸ਼ਵ ਰਿਕਾਰਡ ਸਮੇਤ। ਜਿੱਥੇ ਤੱਕ ਜੁਗਣੀ ਦੀ ਤਰਜ ਅਤੇ ਗਾਇਕੀ ਦੀ ਗੱਲ ਹੈ, ਇਸ ਵਿੱਚ ਕੋਈ ਵਿਲੱਖਣਤਾ ਨਹੀਂ ਅਤੇ ਨਾ ਹੀ ਕੋਈ ਵੱਖਰਤਾ, ਸਗੋਂ ਇਹ ਪੱਧਰ ਉੱਚਾ ਹੈ। ਜੁਗਣੀ ਜਦੋਂ ਸੈਰ ਨੂੰ ਜਾਵੇ, ਨੱਕ ਵਿੱਚ ਕੋਕੇ ਨੂੰ ਲਸ਼ਕਾਵੇ, ਸੁਰਮਾ ਪੁੱਛਾਂ ਵਾਲਾ ਪਾਵੇ, ਚਟਨੀ ਨਾਲ ਸਮੋਸੇ ਖਾਵੇ, ਉਹ ਵੀਰ ਮੇਰਿਆ ਜੁਗਣੀ ਕੂਕਦੀ ਏ, ਉਹ ਭੋਲੇ ਗੰਨੇ ਚੂਪਦੀ ਏ, ਯਾਦ ਰਹੇ ਇਹ ਜੁਗਣੀ ਜੱਗੇ ਅਤੇ ਮਹੀਏ ਵਾਂਗ ਕਾਵਿ ਰੂਪ ਵੀ ਹੈ। ਹਰੇਕ ਗਾਇਕ ਦੇ ਕੁਝ ਗੀਤ ਬਾਕੀਆਂ ਨਾਲੋਂ ਜ਼ਿਆਦਾ ਮਸ਼ਹੂਰੀ ਖੱਟਦੇ ਹਨ ਅਤੇ ਜ਼ਿਆਦਾ ਲੰਬੀ ਉਮਰ ਹਡਾਉਂਦੇ ਹਨ। ਕਈ ਵਾਰ ਉਹ ਗਾਇਕ ਦੇ ਮਨ ਭਾਉਂਦਿਆਂ ਚੋਂ ਵੀ ਨਹੀਂ ਹੁੰਦੇ। ਬਿੰਦਰਕੀਏ ਦੇ ਵੀ ਕੁਝ ਅਜਿਹੇ ਗੀਤ ਹਨ ਜਿਨ੍ਹਾਂ ਕਰਕੇ ਉਹ ਹਮੇਸ਼ਾ ਯਾਦ ਕੀਤਾ ਜਾਂਦਾ ਅਤੇ ਜੋ ਵੀ ਉਸਦੀ ਗਾਇਕੀ ਦੀ ਪ੍ਰਤੀਨਿਧਤਾ ਕਰਦੇ ਰਹਿਣਗੇ। ਲੱਕ ਟੁਨੂ ਟੁਨੂ, ਤੂੰ ਨਿਰਬੋਲ ਦੀ ਰਕਾਨੇ, ਜੱਟ ਦੀ ਪਸੰਦ, ਦੁਪੱਟਾ ਤੇਰੇ 7 ਰੰਗ ਦਾ, ਤੂੰ ਤਾਂ ਜਾਪਦੀ ਏ ਸਾਰਿਆਂ ਤੋਂ ਵੱਖ ਨੀ, ਸਾਰੇ ਮੁੰਡਿਆਂ ਦੀ ਤੇਰੇ ਉੱਤੇ ਅੱਖ ਨੀ, ਤੇਰਾ ਝੂਟੇ ਖਾਂਦਾ ਲੱਕ ਨੀ, ਲੱਕ ਟੁਨੂ ਟੁਨੂ, ਲੱਕ ਟੁਨੂ ਟੁਨੂ। ਗਾਇਕ ਆਉਂਦੇ ਰਹਿਣਗੇ, ਗਾਇਕ ਜਾਂਦੇ ਰਹਿਣਗੇ, ਪਰ ਉਹ ਨਹੀਂ ਲੱਭਣਾ ਅੰਬਰ ਛੂੰਦੀਆਂ ਹੇਕਾਂ ਵਾਲਾ, ਹੌਂਕੇ ਵਰਗੇ ਵੇਸ ਵਾਲਾ, ਜਿਸਦੀ ਹੇਕ ਤਾਂ ਹੋਣੀ ਨੇ ਬਹੁਤ ਲੰਬੀ ਲਿਖੀ ਸੀ ਪਰ ਉਮਰ ਬਹੁਤ ਛੋਟੀ। ਇਹ ਸੀ ਦੋਸਤੋ ਹੌਂਕੇ ਵਿੱਚ ਵਲੇਟੀ ਏਕ ਸੁਰਜੀਤ ਬਿੰਦਰਕੀਏ ਜੀ ਦਾ ਕਿੱਸਾ, ਜੋ ਮੈਂ ਪੜ੍ਹ ਕੇ ਸੁਣਾਇਆ ਹੈ ਸੁਰਾਂ ਦੇ ਸੁਲਤਾਨ ਸੁਰਜੀਤ ਮਾਨ ਦੀ ਕਿਤਾਬ ਦੇ ਵਿੱਚੋਂ। ਇਸੇ ਤਰ੍ਹਾਂ ਤੁਹਾਨੂੰ ਅਪਡੇਟਸ ਦਿੰਦੇ ਰਹਾਂਗੇ। ਹੁਣ ਲਈ ਦਿਓ ਇਜਾਜ਼ਤ ਸਾਡਾ ਪੰਜਾਬੀ ਵਿਰਸਾ ਚੈਨਲ ਤੋਂ ਪ੍ਰੀਤ ਡੁਗਰੀ ਦੇ ਨਾਲ।